ਬਿਸਮਿਲ੍ਲਾ ਰਹਿਮਾਨ ਰਹੀਮ। ਇਹ ਅੱਜ ਬਣਾਉਣ ਲੱਗੇ ਹਾਂ ਅਸੀਂ ਗਾਜਰ ਹਲਵਾ, ਅਤੇ ਉਹ ਮੈਂ ਤੁਹਾਨੂੰ ਦੱਸਦਾ ਕਿਸ ਤਰ੍ਹਾਂ ਹੋਣਾ। ਤੁਸੀਂ ਗਾਜਰਾਂ ਲੈ ਲਓ ਕੋਈ ਵੀ ਅੱਛੀ ਕਿਸਮ ਦੀਆਂ, ਅਤੇ ਥੋੜ੍ਹੀਆਂ ਮੋਟੀਆਂ ਲੈ ਲਓ, ਚਲੋ ਬਿਲੀ ਕੱਚ ਅੱਛੇ ਤਰੀਕੇ ਨਾਲ ਹੋ ਜਾਣਗੀਆਂ ਬਸ। ਅਤੇ ਮੁੜ ਕੇ ਉਹਨਾਂ ਨੂੰ ਤਾਂ ਮੈਂ ਛਿੱਲ ਲਈ ਹਾਂ, ਹੁਣ ਛਿੱਲ ਕੇ ਛੁਰੀ ਨਾਲ ਧੋ ਲਵੋ, ਅਤੇ ਫਿਰ ਬਿਲੀ ਕੱਚ ਮੈਂ ਤੁਹਾਨੂੰ ਦੱਸਦਾ ਬਿਲੀ ਕੱਚ ਕਰਨੀ ਹੈ, ਫਿਰ ਗਾਜਰ ਦਾ ਹਲਵਾ ਬਣਾਉਂਦੇ ਹਾਂ, ਦਿਖਾਉਂਦੇ ਹਾਂ ਤੁਹਾਨੂੰ ਸਾਰਾ। ਅਤੇ ਗਾਜਰ ਜੇ ਕੁਝ ਅੱਛੀ ਕਿਸਮ ਦੀ ਲੈ ਲਿਆ ਜੀ ਬਸ। ਅੱਛਾ ਇਹ ਨਾ ਇਹ ਗਾਜਰਾਂ ਬਿਲੀ ਕਸ਼ ਤੁਸੀਂ ਕਰ ਲੈਣੀ ਹੈ ਇਸ ਤਰ੍ਹਾਂ ਹੀ, ਅਤੇ ਜਿੰਨਾ ਕੁ ਤੁਸੀਂ ਬਣਾਉਣਾ ਹੈ 5 ਕਿਲੋ ਗਾਜਰ ਦਾ 10 ਕਿਲੋ ਦਾ, ਉਸ ਹਿਸਾਬ ਨਾਲ ਫਿਰ ਮੈਂ ਤੁਹਾਨੂੰ ਦੱਸਦਾ ਉਹਨੂੰ ਵੇਚ ਕੇ ਪਾਉਣਾ ਕਿੰਨਾ, ਉਹਨੂੰ ਦੁੱਧ ਪਾਉਣਾ ਕੀ ਹਿਸਾਬ। ਅਤੇ ਇਹ 5 ਕਿਲੋ ਗਾਜਰਾਂ ਇਹ ਮੈਂ ਬਿਲੀ ਕਸ਼ ਕੀਤੀਆਂ, ਬਿਲੀ ਕਸ਼ ਕਰਕੇ ਅੱਛੇ ਤਰੀਕੇ ਨਾਲ ਧੋ ਤਾਂ ਪਹਿਲਾਂ ਲਈਆਂ ਸੀ, ਸਾਫ਼ ਸੁਫ ਕਰ ਲਈਆਂ। ਅੱਛਾ ਦੁੱਧ ਜਿਹੜਾ ਹੈ ਨਾ ਇਹਦੇ 'ਚ ਪਾਉਂਦੇ ਨੇ ਲੋਕ, ਅਤੇ ਦੁੱਧ ਨਾ ਤੁਸੀਂ ਖਾਲਸ ਲੈ ਲਵੋ ਦੁੱਧ ਕਿਸੇ ਜਗ੍ਹਾ ਤੋਂ, ਤੁਹਾਨੂੰ ਮਿਲ ਜਾਵੇ ਬੈਸਟ ਇਹੀ ਹੈ। ਅਤੇ 5 ਕਿਲੋ ਦੁੱਧ ਜੇ ਪਾ ਲਵੋ 5 ਕਿਲੋ ਪਾਉਣਾ, ਮੈਂ ਤਾਂ ਫਿਲਹਾਲ 3 ਕਿਲੋ ਪਾਵਾਂਗਾ, ਵੀ 3 ਕਿਲੋ ਦੁੱਧ ਪਾਵਾਂਗਾ। ਫਿਰ ਉਹ 5 ਕਿਲੋ ਦੁੱਧ ਪਾ ਲਵੋ ਅਤੇ ਉਹਨਾਂ ਦੇਸੀ ਘਿਓ ਘੱਟ ਪਾਉਣਾ ਪੈ ਜਾਂਦਾ ਬਸ। ਅਤੇ ਬਰਤਨ ਕੋਈ ਲੈ ਲਿਆ ਜੀ ਖੁੱਲ੍ਹਾ ਜਿਹਾ, ਅਤੇ ਬਸ ਸ਼ੁਰੂ ਕਰਦੇ ਹਾਂ, ਪਾਓ। ਅੱਛਾ ਗਾਜਰਾਂ ਪਾ ਲੈਣੀਆਂ ਤੁਸੀਂ ਬਰਤਨ 'ਚ, ਅਤੇ ਉਸ ਤੋਂ ਬਾਅਦ ਦੁੱਧ। ਲਓ ਜੀ ਮਾਸ਼ਾ ਅੱਲਾ 3 ਕਿਲੋ ਦੁੱਧ ਪਾ ਦਿੱਤਾ ਜੀ ਮੈਂ, ਅਤੇ ਅੱਗ ਬਾਲ ਥੱਲੇ, ਅਤੇ ਹੁਣ ਫਿਰ ਇਹਨੂੰ ਕੰਮ ਚੱਲਣ ਦਿਆਂਗੇ, ਪੱਕਣ ਦਿਆਂਗੇ। 5 ਕਿਲੋ ਦੁੱਧ ਪਾ ਲਓਗੇ ਨਾ ਤੁਸੀਂ, ਅਤੇ 5 ਕਿਲੋ ਦੁੱਧ ਨਾਲ ਇਹ ਹੋਏਗਾ ਕਿ ਇਹ ਨਾ ਦੁੱਧ ਉੱਪਰ ਤੱਕ ਆ ਜਾਏਗਾ। ਅਤੇ ਇਹ 3 ਕਿਲੋ ਮੈਂ ਪਾਇਆ, 3 ਕਿਲੋ ਥੋੜ੍ਹਾ ਇਹ ਵੇਖੋ ਥੋੜ੍ਹਾ ਨੀਵਾਂ ਬਸ, ਲੇਕਿਨ ਇਹ ਗਾਜਰ ਸਾਰੀ ਗੱਲ ਥੋੜ੍ਹੀ ਦੇਰ ਪੱਕੇਗੀ ਨਾ, ਅਤੇ ਇਹਨੇ ਬਹਿ ਜਾਣਾ ਹੁਣੇ ਹੀ ਬਹਿ ਜਾਏਗੀ, ਫਿਰ ਇਹ ਦੁੱਧ ਦੇ ਬਰਾਬਰ ਹੀ ਹੋਏਗੀ। ਦੁੱਧ ਦੇ ਵਿੱਚ ਖੁਸ਼ ਕਰਾਂਗੇ ਆਪਾਂ, ਅਤੇ ਮੈਂ ਤੁਹਾਨੂੰ ਦਿਖਾਉਂਦਾ ਜਾਂਦਾ। ਅਤੇ ਦੁਬਾਰਾ ਮੈਂ ਦੱਸ ਰਿਹਾ ਕਿ 5 ਕਿਲੋ ਦੁੱਧ ਤੁਸੀਂ ਪਾ ਲਓ ਇਹਦੇ 'ਚ, 5 ਕਿਲੋ ਗਾਜਰਾਂ 'ਚ ਉਹ ਵੀ ਪੈ ਜਾਏਗਾ, ਲੇਕਿਨ ਉਹਦਾ ਮਕਸਦ ਸਿਰਫ ਇਹ ਹੀ ਹੈ ਕਿ ਫਿਰ ਦੇਸੀ ਘਿਓ ਉਨਾ ਘੱਟ ਪਾਉਣਾ ਪਏਗਾ ਬਸ। ਹਾਂਜੀ, ਅਤੇ ਇਹ ਨਾ ਬਿਲਕੁਲ ਗਾਜਰ ਡਿਪ ਹੋ ਗਈ ਹੈ ਦੁੱਧ ਦੇ ਵਿੱਚ, 3 ਕਿਲੋ ਦੁੱਧ ਸੀ, ਅਤੇ ਅੱਗ ਮੈਂ ਸਲੋਅ ਕਰਤੀ ਹੁਣ ਕਿਉਂਕਿ ਦੁੱਧ ਉਬਾਲੇ ਲੈ ਰਿਹਾ, ਅਤੇ ਸਲੋਅ ਅੱਗ 'ਤੇ ਤੁਸੀਂ ਇਹਨੂੰ ਪਕਾਓ ਇੱਥੇ, ਅਤੇ ਕਿਉਂਕਿ ਆਸਤਾ ਆਸਤਾ ਐਵ ਹੈ ਨਾ ਭਾਫ ਨਿਕਲ ਰਹੀ, ਦੁੱਧ ਖੁਸ਼ਕ ਹੁੰਦਾ ਜਾਏਗਾ ਇਹਦੇ ਵਿੱਚ ਹੀ। ਅਤੇ ਮਕਸਦ ਇਹ ਹੀ ਹੈ ਨਾ ਕਿ 5 ਕਿਲੋ ਦੁੱਧ ਪਾਓ ਤਾਂ ਭਾਵੇਂ ਪਾਓ 3 ਕਿਲੋ, ਵੀ ਦੁੱਧ ਖੁਸ਼ਕ ਕਰਨਾ ਇਹਦੇ ਵਿੱਚ ਹੀ, ਅਤੇ ਇਹ ਆਸਤਾ ਆਸਤਾ ਦੁੱਧ ਇਹਦੇ ਵਿੱਚ ਹੀ ਖੁਸ਼ਕ ਹੁੰਦਾ ਜਾਏਗਾ, ਗਾਜਰਾਂ ਦੁੱਧ ਚੂਸ ਲੈਣਗੀਆਂ। ਦੁੱਧ ਪਾਉਣ ਦਾ ਮਕਸਦ ਇਹ ਹੁੰਦਾ ਕਿ ਦੁੱਧ ਨਾਲ ਨਾ ਇਹਦਾ ਟੇਸਟ ਵੱਧ ਜਾਂਦਾ ਬਸ। ਅਤੇ ਅੱਗ ਜਿਹੜੀ ਸਲੋਅ ਰੱਖੋ ਬਸ, ਸਲੋਅ ਅੱਗ ਹੋਣੀ ਚਾਹੀਦੀ, ਅਤੇ ਸਲੋਅ ਅੱਗ 'ਤੇ ਇਹਨੂੰ ਹਲਕਾ ਹਲਕਾ ਪਕਾਓ, ਇਹ ਦੁੱਧ ਖੁਸ਼ਕ ਹੁੰਦਾ ਜਾਏਗਾ ਆਸਤਾ ਆਸਤਾ ਖੁਦ ਬ ਖੁਦ ਜੀ। ਤੋ ਇਹ ਹਾਲੇ ਦੁੱਧ ਖੁਸ਼ਕ ਹੁੰਦਾ ਪਿਆ, ਅਤੇ ਕਾਫੀ ਖੁਸ਼ਕ ਹੋ ਗਿਆ ਅੱਗੇ ਨਾਲੋਂ, ਅਤੇ ਮਜ਼ੀਦ ਹੋ ਰਿਹਾ, ਅਤੇ ਦੁੱਧ ਨੂੰ ਇਹਦੇ ਵਿੱਚ ਹੀ ਖੁਸ਼ਕ ਕਰਾਂਗੇ ਸਾਰਾ, ਫਿਰ ਇਨਸ਼ਾਅੱਲਾ ਉਸ ਤੋਂ ਬਾਅਦ ਪ੍ਰੋਸੀਜਰ ਜੋ ਵੀ ਹੈ ਤੁਹਾਨੂੰ ਦਿਖਾਵਾਂਗੇ। ਹਾਂਜੀ, ਅਤੇ ਇਹ ਦੁੱਧ ਖੁਸ਼ਕ ਹੋ ਗਿਆ ਬਸ, ਥੋੜ੍ਹਾ ਜਿਹਾ ਰਹਿ ਗਿਆ, ਅਤੇ ਕੋਈ ਕਹਿ ਲਓ ਤੁਸੀਂ ਕੋਈ 1.5 ਘੰਟਾ ਤਾਂ ਲੱਗ ਗਿਆ ਇਹਦੇ 'ਤੇ, ਇਹੋ ਨਾ ਚਾਹੁੰਦਾ ਪਿਆ, ਅਤੇ 1.5 ਘੰਟਾ ਟਾਈਮ ਹੋ ਗਿਆ ਮੈਨੂੰ ਉੱਪਰ ਰੱਖਿਆ ਹਲਕੀ ਆਂਚ 'ਤੇ ਪਕਾਉਂਦੇ ਪਏ, ਅਤੇ ਦੁੱਧ ਹਾਲਾਂਕਿ 3 ਕਿਲੋ ਸਾਹਿਬ ਨਾ ਹੁਣ ਥੋੜ੍ਹਾ ਰਹਿ ਗਿਆ ਬਸ, ਐਂਡ ਹੋ ਗਿਆ। ਜਦੋਂ ਫੁੱਲ ਖੁਸ਼ਕ ਹੋ ਜਾਏਗਾ ਨਾ ਤਾਂ ਫਿਰ ਅੱਗੇ ਜੋ ਵੀ ਕਰਨਾ ਉਹ ਹੁੰਦਾ ਹੈ ਤੁਹਾਨੂੰ। ਖੁਸ਼ਕ ਹੋ ਗਿਆ, ਅਤੇ ਹੁਣ ਇਹ ਆ ਕਿ ਇਹਨੂੰ ਥੋੜ੍ਹਾ ਇੱਥੇ ਗਰਮ ਕਰਾਂਗੇ, ਅਤੇ ਫਿਰ ਚੀਨੀ ਵਗੈਰਾ ਜੋ ਵੀ ਪਾਉਣਾ ਪਾਵਾਂਗੇ।
हाँ जी मैं कढ़ाई च पा लिया इनू हूँ यह कि थोड़ी देर हल्का फुलका जो कोई दुध में रह जाता है ना तो कढ़ाई से जल्दी खुश्क हो जाएगा तो फिर उस तो बाद पाने बदाम वगैरह चीनी जो घ्यो घ्यो सारा कुछ। अच्छा है दूसरी तरफ मैं बदाम रखे ने पानी थोड़ा ना बदाम भेजते ने बदाम पा लो इन्हें गिरी पा लो तो अपने तो थोड़े डिपेंड है जिस तरह का लाइक कर दे मैं बदाम ही खाली पावगा तो बदाम रखे ने थोड़ा ये है पानी गर्म करेंगे नीम गर्म छिलका उतर जाएगा छिलका उतार के फिर वो पावगे बिच। हाँ जी दुध खुश्क हो गया हूँ आप चीनी पा लेंगे इन पाँच किलो गाजर तीन किलो दुध पाया तो इन ना पाओ तो डेढ़ पा चीनी बस इन चीनी बहुत है फिर ज़्यादा मीठा होएगा तो अंदाजे ना ही पाइए कि चीनी बस ठीक है चीनी पा के भुना के ना तो यह है कि थोड़ा ये चीनी पानी छड़ेगी लेकिन खुश्क होएगी नालों नाल। अच्छा चीनी चीनी पा के ना ये चे तो फिर इन कि अग बिल्कुल स्लो कर देनी कि थले ना लगे तो इनू नाल नाल हिलाई रखना है इन्हें यह कि फिर ये थले नहीं लगेगा तो चीनी नाल मिक्स हो चीनी पानी छड़ेगी तो नालों नाल खुश्क होती जाएगी। अच्छा यह बदम तुम जिन्ने के पाने उन्ने के लै लवो छिलका उतार के मैं तो ग्रैंड करके पावगा। चमचा फेर दे अच्छा बदाम पा के मिक्स कर देना फिर उन्हें थोड़ी देर भुनना है जो बिल्कुल खुश्क हो जाए ना ये उदों इन घ्यो पावे। हाँ जी देसी घ्यो ये भी घर का बनाया है माशाल्लाह तो कोशिश करो कि घर का ही बनया हो बेस्ट है बाजार ही तुहानू पता फिर किस तरह के मिलते हैं तो पाँच किलो गाजर तीन किलो इन्हें दुध पाया इस लिहाज ना इन्हें अद्धा किलो देसी घ्यो जो है ना वो अद्धा किलो देसी घ्यो तुम पा लवो तो इतने जाके पाना वो साफ करना जो गाजर बिल्कुल खुश्क हो जा चीनी बदम शदम जो भी पाना पा के अच्छे तरीके भुन लवो उस तो बाद जो खुश्क हो जा उस तो बाद एंड से देसी घ्यो पाना तो देसी घ्यो पा के हूँ इन भुना आपू उन्नी देर भुना ना जिनी देर तक ये गाजर घ्यो छड़ नहीं जाएँ जिस तरह कि हांडी कोई भी है भुनते हैं तो वह घ्यो जो छड़ जाती है तो उदो ही समझ लो कि ठीक है पक गई तो इस तरह ही गाजर भी ये देसी घ्यो मिक्स होएगा जो भुना खुश्क होएगा पानी फिर घ्यो छड़नगियाँ उस तो बाद तैयार होएगा। हाँ जी ये हूँ तैयार हो गया बिल्कुल तो ये आके वेखो ना लगन है वेखो थानू घ्यो दिसेगा इन भी घ्यो छट गया है तो पानी पूनी कुछ नहीं जाएगा दूसरा यदि खुशबू दस दें कि तैयार हो बड़ी प्यारी माशाल्लाह खुशबू आ रही तुम चीनी तो वैसे पहले ही चेक कर ली थी चीनी घट तेज की हिसाब जबरदस्त हो गया तुम चेक करके वे बाकी इस तो ज़्यादा मजीद भुना तो फिर थले लगेगा खराब होएगा ना थले लगन लग पेगा फिर खराब होगा बाकी जो होटल वगैरह तुम खाते जो ना उनका यह है कि वो तुम उन्हें उपर खोया वगैरह लाया होंगे उन्होंने बड़ा उनकी स्टाइलिश स्टूलिश की होंगी अक्सर तो बगैर तो इस तरह के डालडा घ्यो पका लेंगे उनका कोई फायदा नहीं फायदा इनका मजा यही है कि देसी घ्यो से घर ही बनाया जाए तो बेस्ट ये या कोई अच्छी शॉप हो जिते कोई अच्छा बनाने तो फिर तो ठीक है।